ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੰਨਾ ਜ਼ੋਰ ਅਰਵਿੰਦ ਕੇਜਰੀਵਾਲ ਦਾ ਲੱਗਿਆ ਹੋਇਆ, ਉਸ ਤੋਂ ਵੀ ਕਿਧਰੇ ਵੱਧ ਜ਼ੋਰ ਪਾਰਟੀ ਦੀ ਜਿੱਤ ਲਈ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਲਾ ਰਹੇ ਨੇ। ਭਗਵੰਤ ਮਾਨ ਦਿੱਲੀ ਵਿੱਚ ਘੁੰਮ ਘੁੰਮ ਕੇ ਆਮ ਆਦਮੀ ਪਾਰਟੀ ਲਈ ਜਨ ਸਭਾਵਾਂ ਕਰ ਰਹੇ ਨੇ। ਅਜਿਹੇ ਵਿੱਚ ਭਗਵੰਤ ਮਾਨ ਨੇ ਹੁਣ ਇੱਕ ਵੱਡਾ ਰੋਡ ਸ਼ੋਅ ਵੀ ਕੀਤਾ, ਜਿਸ ਵਿੱਚ ਭਗਵੰਤ ਮਾਨ ਦੀ ਲੋਕਪ੍ਰਿਯਤਾ ਸੰਗਰੂਰ ਦੇ ਰੋਡ ਸ਼ੋਆਂ ਵਾਂਗੂ ਹੋਈ ਨਜ਼ਰ ਆਈ। ਮਾਨ ਨੇ ਵੀ ਇਹ ਦਾਅਵਾ ਕੀਤਾ ਕਿ ਦਿੱਲੀ ਦੇ ਲੋਕਾਂ ਨੇ ਇੱਥੇ ਸੰਗਰੂਰ ਵਰਗਾ ਮਾਹੌਲ ਬਣਾ ਦਿੱਤਾ। ਅਸਲ ਵਿੱਚ ਭਗਵੰਤ ਮਾਨ ਦੀ ਲੋਕਪ੍ਰਿਯਤਾ ਦਿੱਲੀ ਵਿੱਚ ਵੀ ਵੱਧ ਹੀ ਜਾ ਰਹੀ ਹੈ। ਲੋਕ ਭਗਵੰਤ ਮਾਨ ਨਾਲ ਫੋਟੋਆਂ ਖਿਚਵਾਉਣਾ ਚਾਹੁੰਦੇ ਨੇ, ਉਹਨਾਂ ਉੱਪਰ ਹਰ ਥਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਅਜਿਹੇ ਵਿੱਚ ਭਗਵੰਤ ਮਾਨ ਆਪਣੀ ਇਸ ਫੈਨ ਫੋਲੋਇੰਗ ਦੀ ਤੁਲਨਾ ਸੰਗਰੂਰ ਦੇ ਵੋਟਰਾਂ ਨਾਲ ਕਰ ਰਹੇ ਨੇ, ਪਰ ਇਹ ਫੈਨ ਫੋਲੋਇੰਗ ਵੋਟਾਂ ਵਿੱਚ ਕਿੰਨੀ ਕੁ ਤਬਦੀਲ ਹੁੰਦੀ ਹੈ ਜਾਂ ਫਿਰ ਦਿੱਲੀ ਵਿੱਚ ਵੀ ਸੰਗਰੂਰ ਵਰਗੀ ਜਿੱਤ ਮਿਲ ਪਾਉਂਦੀ ਹੈ ਜਾਂ ਨਹੀਂ, ਇਹ ਤਾਂ 11 ਫਰਵਰੀ ਨੂੰ ਆਉਣ ਵਾਲੇ ਚੋਣ ਨਤੀਜੇ ਹੀ ਦੱਸਣਗੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।